ਗਵਰਨਰ ਸਾਹਿਬ ਨੂੰ ਡਰੈਸ ਤੇ ਸਾਨੂੰ ਇਸ ਗੱਲ ਦਾ ਸਖਤ ਇਤਰਾਜ਼ ਸੀ ਜਦੋਂ ਗਵਰਨਰ ਸਾਹਿਬ ਨੇ ਮਾਈ ਗਵਰਨਰ ਅਸੀਂ ਇਹ ਗੱਲ ਕਹੀ ਕਿ ਪਹਿਲੇ ਤੇ ਗਵਰਨਰ ਸਾਹਿਬ ਇਹ ਤੁਹਾਨੂੰ ਗਵਰਨਰ ਹੀ ਨਹੀਂ ਮੰਨਦੇ ਇਹ ਕਹਿੰਦੇ ਨੇ ਕਿ ਅਸੀਂ ਇਲੈਕਟ ਹੋਏ ਹਾਂ ਤੁਸੀਂ ਸਿਲੈਕਟਡ ਹੋ ਪਹਿਲੇ ਪ੍ਰੋਸੀਜਰ ਦੱਸੋ ਗਵਰਨਰ ਨੂੰ ਸਿਲੈਕਟ ਕਿਸ ਤਰ੍ਹਾਂ ਕਰੀਦਾ ਫਿਰ ਜਿਹੜੇ ਅਸੀਂ ਕਿਹਾ ਤੁਹਾਡੇ ਕੰਸਰਨਸ ਤੁਸੀਂ ਚਿੱਠੀ ਬੋਲੋ ਜੀ ਇਹ ਪੰਜ ਇਸ਼ੂ ਪੰਜ ਇਸ਼ੂਜ਼ ਤੇ ਚਿੱਠੀ ਲਿਖੀ ਹੈ ਤੁਹਾਡੇ ਉਹ ਐਡਰੈਸ ਨਹੀਂ ਕੀਤੀ ਹੈ ਅਜੇ ਤੱਕ ਤੁਹਾਨੂੰ ਜਵਾਬ ਨਹੀਂ ਦਿੱਤਾ ਅਸੀਂ ਕਹਿੰਦੇ ਹੁਣ ਚੀਫ ਮਿਨਿਸਟਰ ਪੰਜਾਬ ਮਾਨ ਸਾਹਿਬ ਇਹ ਤੇ ਫਲੋਰ ਆਫ ਦੀ ਹਾਊਸ ਤੇ ਹੁਣ ਹੀ ਐਕਸੈਪਟ ਕਰ ਦੇਣ ਕਿ ਮੈਂ ਤੁਹਾਨੂੰ ਜਵਾਬ ਕਰਨਾ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਨੇ ਵੀ ਇਹੀ ਦੋਨਾਂ ਨੂੰ ਇਹ ਗੱਲ ਕਹੀ ਸੈਂਟਰ ਦੀ ਗੱਲ ਦੀ ਬੜੀ ਵੱਡੀਆਂ ਸੈਲੀਬ੍ਰੇਸ਼ਨਸ ਕਰਦੇ ਫਿਰਦੇ ਨੇ ਆਪਦੀ ਸਰਕਾਰ ਵਾਲੇ ਇਹਨਾਂ ਦੇ ਦੋਨੋਂ ਕੰਨ ਜ਼ੋਰ ਨਾਲ ਪੁੱਟੇ ਨੇ ਸੁਪਰੀਮ ਕੋਰਟ ਉਹਨਾਂ ਨੇ ਕਿਹਾ 160 ਦੇ ਅਧੀਨ ਤੁਹਾਨੂੰ ਗਵਰਨਰ ਦਾ ਕਨਸਟੀਟਿਊਸ਼ਨਲ ਅਥਾਰਟੀ ਹਰ ਜਿਹੜੀ ਗੱਲ ਦਾ ਜਵਾਬ ਮੰਗਦੇ ਤੁਹਾਨੂੰ ਜਵਾਬ ਦੇਣਾ ਪਏਗਾ ਕਨਸਟੀਟਿਊਸ਼ਨ ਅਸੀਂ ਗੱਲ ਕਹੀ ਜੀ ਇਹਨਾਂ ਨੂੰ ਕਹੋ ਮਾਨ ਸਾਹਿਬ ਨੂੰ ਕਿ ਤੁਹਾਨੂੰ ਇੱਥੇ ਕਬੂਲ ਕਰਨ ਕਿ ਤੁਸੀਂ ਗਵਰਨਰ ਹੈ ਨੰਬਰ 2 ਤੁਹਾਡੇ ਜਿਹੜੇ ਕੰਸਰਨਸ ਨੇ ਉਹਨਾਂ ਨੂੰ ਐਡਰੈਸ ਕਰਨਗੇ ਮਾਨ ਫਿਰ ਉੱਠ ਕੇ ਜਵਾਬ ਦੇਣ ਤੋਂ ਰਹੇ ਅਸੀਂ ਕਿਹਾ ਕਿ ਜੇ ਤੁਸੀਂ ਜਵਾਬ ਹੀ ਨਹੀਂ ਮੰਗਦੇ ਇੱਕ ਮੁੰਡਾ ਆਪਣੇ ਬਾਪ ਦੀ ਹੋਂਦ ਨੂੰ ਹੀ ਕਬੂਲ ਨਹੀਂ ਕਰਦਾ ਫਿਰ ਬਾਪ ਨੂੰ ਬਦਖਲ ਕਰ ਦੇਣਾ ਚਾਹੀਦਾ ਤੁਸੀਂ ਮੇਰੀ ਗੱਲ ਫਿਰ ਇੱਕ ਗੱਲੋਂ ਅਸੀਂ ਥੈਂਕਫੁਲ ਹਾਂ ਕਿ ਗਵਰਨਰ ਸਾਹਿਬ ਨੇ ਇਹ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ 'ਚ ਹੋਇਆ ਕਿ ਉਹਨਾਂ ਨੇ ਕਿਹਾ ਠੀਕ ਹੈ ਮੈਂ ਆਪਣੀ ਗਵਰਨਮੈਂਟ ਨਹੀਂ ਕਹਿੰਦਾ ਮੈਂ ਸਿੱਧਾ ਹੀ ਸਰਕਾਰ ਕਹਿ ਦਿੰਦਾ ਤੋ ਇਹ ਗੱਲ ਸੋ ਇਹ ਗਵਰਨਰ ਐਡਰੈਸ ਇਹ ਕੰਪਲੀਟ ਫੇਲਡ ਗਵਰਨਮੈਂਟ ਹੈ ਜਿਹਦਾ ਮਾਂ ਬਾਪ ਜਿਹੜਾ ਗਵਰਨਰ ਹੁੰਦਾ ਹੈ ਜਿਹਦੇ ਨਾਂ 'ਤੇ ਸੈਸ਼ਨ ਕਾਲ ਕੀਤਾ ਜਾਂਦਾ ਜਿਹੜਾ ਐਡਰੈਸ ਗਵਰਨਰ ਦੇ ਐਡਰੈਸ ਨੂੰ ਕਰ ਰਿਹਾ ਉਹੀ ਸਰਕਾਰ ਨੂੰ ਆਪਣੀ ਨੂੰ ਕਬੂਲਣ ਨੂੰ ਤਿਆਰ ਨਹੀਂ ਅਤੇ ਇਹੋ ਜਿਹੇ ਐਡਰੈਸ ਨੂੰ ਅਸੀਂ ਕਿਸ ਤਰ੍ਹਾਂ ਕਬੂਲ ਲਈਏ ਓਪੋਜੀਸ਼ਨ ਸੋ ਦੈਟਸ ਵਾਈ ਯੂ ਹੈਵ ਵਾਕਡ ਆਊਟ ਫਰਮ ਵੀ ਹੈਵ ਵਾਕਡ ਆਊਟ ਬੇਸਿਕਲੀ ਦੈਟ ਮੀਨਸ ਇਹ ਸਾਰਾ ਧੱਕੇ ਨਾਲ ਇਹ ਜਿਹੜਾ ਪੋਥਾ ਜਿਹੜਾ ਦਿੱਤਾ ਗਿਆ ਅੱਜ ਗਵਰਨਰ ਦੇ ਐਡਰੈਸ ਇਹ ਝੂਠ ਦਾ ਪੋਥਾ ਜਦੋਂ ਗਵਰਨਰ ਸਾਹਿਬ ਖੁਦ ਇਸ ਗੱਲ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਆਪਣੇ ਗਵਰਨਰ ਦੇ ਐਡਰੈਸ ਨੂੰ ਦੈਟ ਮੀਨਸ ਹੀ ਇਹਦੇ 'ਚ ਬਹੁਤ ਸਾਰੇ ਕੰਸਰਨਸ ਨੇ ਪਹਿਲੇ ਤਾਂ ਹੈੱਡਮਾਸਟਰ ਪ੍ਰਿੰਸੀਪਲ ਵਾਲਾ 10ਵੇਂ ਨੰਬਰ 'ਤੇ ਹੈ ਉਹਨਾਂ ਪੁੱਛਿਆ ਕ੍ਰਿਟੇਰੀਆ ਦੱਸੋ ਇਹ ਕਿਸ ਤਰ੍ਹਾਂ ਘੱਲੇ ਨੇ ਅੱਜ ਦੂਜਾ ਬੈਜ ਘੱਲ ਦਿੱਤਾ ਕ੍ਰਿਟੇਰੀਆ ਦੱਸਣ ਨੂੰ ਤਿਆਰ ਅਸੀਂ ਵੀ ਮੰਗਦੇ ਹਾਂ ਮੈਂ ਵੀ ਐਜੂਕੇਸ਼ਨ ਮਿਨਿਸਟਰ ਰਿਹਾ ਕ੍ਰਿਟੇਰੀਆ ਜਾਂ ਤਾਂ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਹੋਣ ਜਾਂ ਸਟੇਟ ਅਵਾਰਡੀਜ਼ ਹੋਣ ਜਾਂ ਪਬਲਿਕ ਸਰਵਿਸ ਕਮਿਸ਼ਨ ਬਣੀ ਹੈ ਉਹਨਾਂ ਨੂੰ ਕਹੋ ਜੀ ਕਿ ਇਹਨਾਂ ਦਾ ਕ੍ਰਿਟੇਰੀਆ ਸੀਨੀਓਰਿਟੀ ਦਾ ਕਾਬਲੀਅਤ ਦਾ ਕੱਢ ਲਓ ਅਤੇ ਬੰਦੇ ਕਰ ਲਓ ਨੰਬਰ 2 ਇਸੇ ਵਿੱਚ ਹੀ 32 ਨੰਬਰ 'ਤੇ ਉਹਨਾਂ ਨੇ ਗੱਲ ਕੀਤੀ ਹੈ ਡਰੱਗਸ ਦੀ ਉੱਥੇ ਤਾਰੀਫ ਕਰ ਰਹੇ ਇੰਨੇ ਪੈਸੇ ਅਸੀਂ ਐਂਟੀ ਡਰੱਗ ਕੰਪੇਨ ਵਾਸਤੇ ਰੱਖੇ ਅਸੀਂ ਕਿਹਾ ਜੀ ਤੁਸੀਂ ਤਾਂ ਖੁਦ ਬਾਰਡਰ ਏਰੀਆ 'ਚ ਗਏ ਹੋ ਚੀਫ ਸੈਕਟਰੀ ਤੁਹਾਡਾ ਨਾਲ ਸੀ DGP ਤੁਹਾਡਾ ਨਾਲ ਸੀ ਤੁਸੀਂ ਕਿਹਾ ਕਰਿਆਨੇ ਦੀਆਂ ਦੁਕਾਨਾਂ 'ਤੇ ਡਰੱਗਸ ਮਿਲ ਰਹੇ ਨੇ ਇੱਥੇ ਤੁਸੀਂ ਕਿਸ ਤਰ੍ਹਾਂ ਦੈਟ ਮੀਨਸ ਬੇਸਿਕਲੀ ਗਵਰਨਰ ਨੂੰ ਧੱਕੇ ਨਾਲ ਇਹ ਐਡਰੈਸ ਪੜਾਇਆ ਜਾ ਰਿਹਾ ਉਹਨਾਂ ਦਾ ਮਨ ਹੈ ਨਹੀਂ ਸੀ ਉਹਨਾਂ ਦੇ ਮਨ 'ਤੇ ਅੱਜ ਮੈਨੂੰ ਬਹੁਤ ਭਾਰੀ ਉਹਨਾਂ ਦੇ ਕੌਂਸ਼ੀਅਸ 'ਤੇ ਬੋਝ ਨਜ਼ਰ ਆ झूठ का पुलंदा है मेरे को झूठ ना बोला मेनू हुण इह पता नहीं कि प्रेशर कित्थों दा हो सकता है कल ही दोनों होम मिनिस्टर नूं मिले ने होम मिनिस्टर ने की किया दोनों चीफ मिनिस्टर नूं ते उन्होंने काने दे फड़ाई ने ਇਹਦੀਆਂ ਬੈਠਕਾਂ ਉੱਥੇ ਦਿੱਲੀ ਜਾ ਕੇ ਕਢਾਈਆਂ ਇਹ ਹੁਣ ਬਕਾਇਦਾ ਤੌਰ ਉਹਨਾਂ ਦੇ ਮੁਤਾਬਕ ਅਸੀਂ ਪਹਿਲੇ ਵੀ ਕਹਿੰਦੇ ਸੀ ਇਹ ਅਗਲਾ ਏਕ ਨਾ ਛਿੰਦੇ ਬਣ ਇਹ ਥੋੜ੍ਹਾ ਚਿਰ ਹੋਰ ਰਡੀਕੋ ਹਰ ਚੀਜ਼ ਇਹ ਖੁਦ ਇਹਨੇ ਟਵੀਟ ਦੇ ਜ਼ਰੀਏ ਭਗਵੰਤ ਮਾਨ ਨੇ ਕਬੂਲਿਆ ਕਿ ਜੋ ਹੁਣ ਸੈਂਟਰ ਕਹੇਗੀ ਮੈਂ ਉਸ ਮੁਤਾਬਕ ਚੱਲਾਂਗੇ ਤੇ ਟਵੀਟ ਦੀ ਗੱਲ ਜਿਹੜੀ ਅਸੀਂ ਕਹਿੰਦੇ ਗਵਰਨਰ ਸਾਹਿਬ ਬਾਰ ਬਾਰ ਕਹਿੰਦੇ ਬਾਹਰ ਕਿਹਾ ਹਾਊਸ ਤੋਂ ਮੈਂ ਜੋ ਵੀ ਬਿਆਨਬਾਜੀ ਹੋਈ ਹੈ ਹਾਊਸ ਦੇ ਬਾਹਰ ਕਹੀ ਹੈ ਮੇਰੀ ਸਪੀਚ ਹੈ ਕਿੰਨੇ ਹਾਂ ਉਹਨਾਂ ਦਾ ਕੀ ਗਵਰਨਰ ਸਾਹਿਬ ਦਾ ਕਹਿਣਾ ਸੀ ਕਿ ਇਹਨੂੰ ਬਹੁਤਾ ਤੁਸੀਂ ਇਹਦੇ ਵੱਲ ਤਵੱਜੋ ਨਾ ਦਿਓ ਮੈਨੂੰ ਧੱਕੇ ਨਾ ਪੜਾਉਣਾ ਪੈ ਰਿਹਾ 3-4 ਵਾਰ ਪਾਣੀ ਵੀ ਉਹਨਾਂ ਪੀਤਾ ਮੈਂ ਪਾਣੀ ਨਾ ਪੀ ਐ ਬੋਲੇ ਥੋੜੇ ਨਹੀਂ ਅੰਦਰ ਜੀ ਉਹ ਅੰਦਰ ਥੋੜੀ ਬੋਲੇ ਬਾਜਵਾ ਸਾਹਿਬ ਉਹਨਾਂ ਨੇ ਇਹੀ ਗੱਲ ਕਹੀ ਹੈ ਵੇਖੋ ਪ੍ਰੈਸ ਨੂੰ ਉਹਨਾਂ ਨੇ ਇਨਡਾਇਰੈਕਟਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਕੁਝ ਨਹੀਂ ਮੈਨੂੰ ਧੱਕੇ ਨਾਲ ਐਡਰੈਸ ਪੜਾਇਆ ਜਾ ਰਿਹਾ ਉਹਨਾਂ ਨੂੰ ਕਨਸਟੀਟਿਊਸ਼ਨਲੀ ਕਿਉਂਕਿ 2 ਦਿਨ ਪਹਿਲੀ ਅਜੇ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਆਪਣਾ ਰੋਲ ਕਰੋ ਅਤੇ ਚੀਫ ਮਿਨਿਸਟਰ ਨੂੰ ਕਿਹਾ ਸੀ ਤੂੰ ਆਪਣਾ ਕਰ ਚੀਫ ਮਿਨਿਸਟਰ ਅੱਜ ਵੀ ਦੇਖੋ ਜੇ ਐਕਸਪੀਰੀਅੰਸ ਚੀਫ ਮਿਨਿਸਟਰ ਹੁੰਦਾ ਸੀਰੀਅਸ ਚੀਫ ਮਿਨਿਸਟਰ ਹੁੰਦਾ ਉੱਠ ਕੇ ਕਹਿੰਦਾ ਕਿ ਮੈਂ ਇਹਨਾਂ ਨੂੰ ਗਵਰਨਰ ਕਬੂਲ ਲਾਂ ਮੇਰੀ ਸਰਕਾਰ ਦਾ ਐਡਰੈਸ ਪੜ ਰਹੇ ਇਹਨਾਂ ਦੇ ਸਾਰੇ ਕੰਸਰਨਸ ਅਸੀਂ ਐਡਰੈਸ ਕਰਾਂਗੇ ਅਜੇ ਤੱਕ ਹੀ ਹੈਜ਼ ਨੋਟ ਸੈਡ ਦੈਟ ਮੀਨਸ ਦੇਅਰ ਇਜ਼ ਅ ਲੋਟ ਇਨ ਬਿਟਵੀਨ ਦੀ ਲਾਈਨਸ ਤੁਸੀਂ